Chichora op 1. ਸਲਾ ਪੈ ਲੱਗੀ ਪਿਆ ਮੋਟਰ ਚੱਲਦੀ ਪਿਆ ਸਲਾ ਪੈ ਤੇ ਤੇ ਕੰਧੇ ਦੇ ਮੈਨੇ ਬੈਂਕ ਥੱਕ ਦੂਜਾ ਵਾਰ ਕਹਿੰਦਾ ਤੀਜਾ ਵਾਰ ਆਉਂਦਾ ਪਿਆ ਸੀ ਇਹ ਪੈਂ ਪੂਰ ਕੇ ਥਾ ਕੇ ਬਾਰਿਸ਼ ਦਾ ਪਾਣੀ ਨਿਕਲੇ ਫਿਲਹਾਲ ਦੇ ਮੈਨੇ ਚਾਹ ਇਹਨੇ ਕੋ ਦਿਲਦੇ ਚਾਹ ਦੇਣੇ ਇਹਨੇ ਕੋ ਫਿਲਹਾਲ ਸਿੰਘ ਚਾਹ ਤਾਂ ਆਪਾਂ ਰੱਖ ਦੀਏ ਅਤੇ ਇਹ ਗਾਰਾ ਬਹਿਣੇ ਪੈਣ ਤੁਹਾਨੂੰ ਇੱਕ ਮਜ਼ਦੂਰ ਕਹੀ ਨਾਲ ਮਿੱਟੀ ਉਤਰੇ ਨਾ ਪਏ ਅਤੇ ਚਾਹ ਪੀ ਸਨ ਇਨਸ਼ਾ ਅੱਲਾਹ ਤੋਂ ਅੱਗੇ ਦੇ ਦਿੱਕੇ ਸੂ ਸੋਲਰ ਪਲੇਟ ਇਹ ਰੱਖੀ ਖੜੇ ਹਾਂ ਇਹ ਮੋਟਰ ਹੈ ਠੀਕ ਉਹ ਫਿਰ ਸੋਲਰ ਪਲੇਟ ਅਤੇ ਉਹ ਕੰਧੇ ਦੇਣੇ ਪੈਣ ਸਾਹਮਣੇ ਵਾਲੇ ਉਹ ਅਸੀਂ ਕੰਧੇ ਦੇਣੇ ਪੈਣ ਤਾਂ ਫਿਲਹਾਲ ਇੱਥੇ ਵਧੇ ਹਾਂ ਇਨਸ਼ਾ ਅੱਲਾਹ ਜੇ ਅੱਗੇ ਦੇ ਕਹਿੰਦੇ ਹਾਂ ਘਰ ਜਾਂ ਕੋਈ ਬੇ ਕੰਮ ਅਤੇ ਉਹਦਾ ਤੋਂ ਇਨਸ਼ਾ ਅੱਲਾਹ ਅੱਗੇ ਦੇ ਦਿੱਖੇ ਸੂ ਠੀਕ ਹੈ ਮਿਲ ਘਰ ਪਹੁੰਚੀਆਂ ਅਤੇ ਇਹ ਲੱਗੀ ਕਰੇ ਮੋਟਰ ਇੱਕੇ ਬੋਰਡ 'ਚੋਂ ਦੋ ਮੋਟਰਾਂ ਚੱਲਿਆ ਪੈਣ ਇਹ ਵੀ ਦੂਜੀ ਮਤਲਬ 12 ਵੋਲਟ ਵਾਲੀ ਅਤੇ ਇਹ ਵੀ ਦੂਜੀ ਬਿਜਲੀ ਵਾਲੀ ਹੈ ਅਤੇ ਸਪਲਾਈ ਉਹ ਟੰਗੀ ਕਰੀ ਹੈ ਅਤੇ ਲਗਾ ਆਟੋ ਸਿਸਟਮ ਪੇ ਮਤਲਬ ਟੈਂਕੀ ਜਿਵੇਂ ਖਤਮ ਦੀ ਸੀ ਅੱਧੀ ਤੀ ਸੀ ਬਹੁਤ ਚੱਲ ਵਸੇ ਮੋਟਰ ਅਤੇ ਇਹ ਚੈੱਕ ਕਰੋ ਮੋਟਰ ਮੋਟਰ ਬੜੀ ਵੀ ਆਈ ਪੀ ਚੱਲਦੀ ਪਈ ਸੀ ਆਵਾਜ਼ ਆਵਾਜ਼ ਆਉਂਦੀ ਪਈ ਨਾ ਚੱਲਦੀ ਪਈ ਮੋਟਰ ਅਤੇ ਇਹਦਾ ਇਹ ਫਾਇਦਾ ਵੀ ਹੈ ਕਿ ਬਿਜਲੀ ਕੀ ਟਾਈਮ ਕਿਆ ਨਹੀਂ ਹੁੰਦੀ ਤਾਂ ਟਰੈਕਟਰ ਛਿੱਕ ਕੇ ਨਾਲ ਖਰਾਬ ਅਤੇ ਟਰੈਕਟਰ ਦੀ ਅਤੇ ਬੈਂਡ ਜਿਵੇਂ ਤਾਂ ਲਾਤੀ ਡਰੈਕਟ ਲਾ ਕੇ ਦੁਕਾਨ ਬਿਜਲੀ ਕਿਆ ਨਹੀਂ ਹੁੰਦੀ ਸੋਲਰ ਪਲੇਟ ਚੱਲ ਵਸੇ ਟੈਂਕ 'ਚ ਪਾਣੀ ਆਉਂਦੀ ਅਤੇ ਇਹਦਾ ਇਹ ਫਾਇਦਾ ਹੈ ਇਹਦਾ ਕਨੈਕਸ਼ਨ ਥਿਆ ਕਰ ਇਹ ਜਾ ਤੇ ਡਾਇਰੈਕਟ ਅਤੇ ਉਹਦਾ ਇਨਸ਼ਾ ਅੱਲਾਹ ਬਾਅਦ ਮਿਲ ਸੂ ਤੁਹਾਨੂੰ ਕੋ ਅੱਗੇ ਤੋਂ ਦਿਖੇ ਸੂ ਤੁਹਾਨੂੰ ਕੋ ਫਿਲਹਾਲ ਸੀ ਚੱਲ ਲਿਆ ਪੈਣ ਮੋਟਰ ਅਤੇ ਜੋ ਮਾਸ਼ਾ ਅੱਲਾਹ ਕੰਧੀ ਦੇਵੀ ਜੀ ਹੈ ਇਹ ਸੋਲਰ ਪਲੇਟ ਵੀ ਅਸੀਂ ਹੀ ਉਹਨਾਂ ਦੇ ਮੋਟਰ ਚੱਲਦੀ ਪਈ ਕਿਤਨੇ ਵਾਰ ਜੀ ਹੈ ਯਾਰ ਹਾਂ ਕਹਿਣਾ ਉੱਚੀ ਦੇਵਨੀ ਹੈ ਨਾ ਉਤਨੀ ਜਿਤਨੀ ਉਹ ਹੈ ਨਾ ਉਤਨੀ ਉੱਚੀ ਦੇਵਨੀ ਹੈ ਹਨਾ ਇਹ ਤਾਂ ਖਾਂ ਇਥਾ ਸਾਰੇ ਚਰੇ ਤੂੰ ਸਿਆਣਾ ਹੋਵੇਂ ਤੇ ਚਲਾ ਦੇਵੇਂ ਤਾਂ ਹਨਾ ਇਹ ਤਾਂ ਸਿਆਣਾ ਹੈ ਚਲਾ ਦੇ ਇਹ ਕੋ ਪੱਕੇ ਨਾ ਇਹ ਸਭ ਸਿਆਣੇ ਕੋ ਬੈਕ ਸੀ ਆ ਨਾ ਮਾਰੀ ਮੇ ਕੋ ਨਾ ਲੜਕੀ ਤੇ ਪਲੇ ਚਲੇ ਲਗੀ ਕੇ ਨਾ ਕੁਛ ਕੁੰਡਿਆ ਕੋਲ ਵੈਸੇ ਡਰੀ ਗਿਆ ਦਿਮਾਗ ਹੋਵੇ ਤਾਂ ਅਤੇ ਪਲੇਟ ਰੱਖ ਦਿੰਦੇ ਮੋਟਰ ਅੰਦਰ ਰੱਖ ਦਿੰਦਾ ਪੈਂਪ ਵੀ ਰੱਖ ਦਿੱਤੇ ਹਾਂ ਅਤੇ ਫਿਲਹਾਲ ਮੈਨੇ ਕਹਾਂ ਘਰ ਆਪਾਂ ਹਾਂ ਤੇਰਾ ਦਿਮਾਗ ਚੈੱਕ ਕਰਨਾ ਪਿਆ ਮੈਂ ਅਸੀਂ ਅੰਦਰ ਰੱਖਤੇ ਰਿੰਕੂ ਲੈਣਾ ਪਿਆ ਤਾਲਾ ਅਤੇ ਬੁਲਾ ਮੈਨੇ ਪਿਆ ਘਰ ਘਰ ਬੰਦੇ ਦੇਖ ਤੂੰ ਦਮ ਦੂੰ ਜਾਂ ਕਹਿਣਾ ਕੱਪੜੇ ਤਾਂ ਸਾਰੇ ਖਰਾਬ ਥੇ ਗਏ ਟਾਈਮ ਚਾਹਦੇ ਹਾਂ ਮੋਟਰ ਚਾਹਦੇ ਦੋ ਰੋਜ਼ਗਾਰ ਠੀਕ ਹੈ ਸਰ ਉਦੋਂ ਹਾਈ ਪਾਣੀ ਲੀਕੇਂਗੇ ਚਮਨਾ ਪੇ ਮੇਰਾ ਕੰਮ ਹੀ ਹੋਏ ਨਾ ਮੈਂ ਆਪਣੇ ਕੰਮ ਕੋ ਕਿਵੇਂ ਬਚਾਂ ਪਾਣੀ ਜਿਹੜਾ ਪੁੱਧਰੋ ਹੁਣ ਕਹਿ ਨਿਕਲ ਸਕ ਇਨਸ਼ਾ ਅੱਲਾਹ ਜਲਦੀ ਛੱਡਾਂ ਵਿੱਚ ਪੈ ਗਏ ਸ਼ਾਬਾਸ਼ ਫਿਰ ਲਾਲ ਸਿੰਘ ਪਾਣੀ ਛੱਡਿਆ ਮੈਂ ਅੱਖਾਂ ਲਈ ਸ਼ਾਬਾਸ਼ ਪਰੋ ਬੈਠੋ ਨਾ ਗੇਰਾ ਇੱਕ ਮਾਰੋ ਛੱਡਦੀ ਵੈ ਗੂੰ ਸਕੂਟਰ ਛੱਡਦੀ ਵੈ ਡੀਜ਼ਲ ਉਠਾ ਕੇ ਲੈ ਆਣਾ ਹਾਂ ਤੇਰੀ ਗਾਲ ਹੈ ਅੰਕਲ ਭਾਈ ਕਿੱਦਾਂ ਡੀਜ਼ਲ ਚਾਹੋ ਥੱਪੇ ਮੈਂ ਕੋਈ ਨਾ ਬਚਾਈਂਦਾ ਸੀ ਉਸੇ ਹਾਫਿਜ਼ ਮੁਹੰਮਦ ਜ਼ਾਹਿਦ ਭਾਈ ਬੈਠੇ ਹਾਂ ਕਹਿੰਦਾ ਤੋ ਆਪਣਾ ਡਿੱਗੀ ਹੈ ਚੋਟ ਵੈਸੇ ਡਿੱਗੀ ਬੈਕ ਮੈਂ ਨਹੀਂ ਅੰਕਲ ਬੈਕ ਮੈਂ ਨਹੀਂ ਹੈ ਇਨਸ਼ਾ ਅੱਲਾਹ ਦੇ ਹੁਕਮ ਨਾਲ ਹਿੱਕੀ ਹੱਤੀ ਤੇ ਸਟਾਰਟ ਸੀ ਆਪਣਾ ਆਹਾ
دیکھی تو بابا لا کھسی ہے شرط لا نہ تھی ادا ٹھیک ہی دا والا کیا پلے سی تو کیا پلے جگہ نہ تھی ادا تو بل میں کو دسا تو میں کو دسا تو اگر نہ تھی تو بلا تو جلدی چھٹو پانی ڈگی نہیں چلی چل بھائی دیکھتے ہیں ڈگی چل دی گیا میں بال کٹے دی گئے سارے ہائے تک گھیرا نہیں لگا انکل گہنے سٹے ایسی گھر بدیاں تے سارا پلیٹاں ٹوئے لگتے گھر بھی چلتے نہیں ہوتے دوئیں دے اتنے جتنے پلیٹاں اے پن دیکھو کتنے گھر بھی چلتے ٹوئے چلتے سارا سسٹم اصا گھر کا پلیٹن دے کر دیتے کیونکہ بجلی تھی بے لمبے پن زیادہ بجلی تھی کہ ماں کی تو ہی مجھا کروں تو ویڈیو تو کہنے پسند ویڈیو اچھی لگی تو چینل تو سبسکرائب لائک کمنٹ لازمی کرو ملسوں ان شاء اللہ کل نویں ویڈیو نہ ملو گا نہ خدا حافظ.